ਸੀਸੀਟੀਵੀ ਤਸਵੀਰਾਂ ਇੱਕ ਚੋਰੀ ਦੀ ਵਾਰਦਾਤ ਨੇ ਜਿੱਥੇ ਸਵਿਫਟ ਕਾਰ ਦੇ ਵਿੱਚ ਆਏ ਤਿੰਨ ਚੋਰਾਂ ਨੇ ਸੜਕ ਤੇ ਖੜਾ ਟਰੱਕ ਹੀ ਚੋਰੀ ਕਰ ਲਿਆ ਤੇ ਆਪਣੇ ਨਾਲ ਲੈ ਗਏ। ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕਿ ਸਵਿਫਟ ਕਾਰ ਦੇ ਵਿੱਚ ਤਿੰਨ ਚੋਰ ਆਉਂਦੇ ਨੇ ਅਤੇ ਟਰੱਕ ਖੜਾ ਦੇ ਕੇ ਉਹਦੇ ਅੱਗੇ ਹੀ ਗੱਡੀ ਰੋਕ ਲੈਂਦੇ ਨੇ। ਫਿਰ ਇੱਕ ਚੋਰ ਟਾਰਚ ਲੈ ਕੇ ਬਾਹਰ ਨਿਕਲਦਾ ਹੈ ਅਤੇ ਟਰੱਕ ਦੇ ਵਿੱਚ ਚੈੱਕ ਕਰਦਾ ਹੈ ਕਿ ਕੋਈ ਮੌਜੂਦ ਤਾਂ ਨਹੀਂ ਹੈ। ਫਿਰ ਉਹ ਦੂਸਰੇ ਨੂੰ ਇਸ਼ਾਰਾ ਕਰਦਾ ਹੈ ਤਾਂ ਦੂਸਰਾ ਚੋਰ ਬਾਹਰ ਨਿਕਲ ਕੇ ਟਰੱਕ ਦੇ ਇੱਕ ਪਾਸਿਓ ਸ਼ੀਸ਼ਾ ਭੰਨਦਾ ਹੈ ਅਤੇ ਫਿਰ ਟਰੱਕ ਦੇ ਅੰਦਰ ਦਾਖਲ ਹੋ ਜਾਂਦਾ ਹੈ। ਫਿਰ ਉਤਰ ਕੇ ਆਸ ਪਾਸ ਦੇਖਦੇ ਨੇ ਕਿ ਕੋਈ ਉਹਨਾਂ 'ਤੇ ਨਜ਼ਰ ਤਾਂ ਨਹੀਂ ਰੱਖ ਰਿਹਾ। ਜਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਉਹਨਾਂ ਨੂੰ ਨਹੀਂ ਦੇਖ ਰਿਹਾ ਤਾਂ ਬੜੀ ਹੀ ਚਲਾਕੀ ਦੇ ਨਾਲ ਮਿੰਟਾਂ ਦੇ ਵਿੱਚ ਹੀ ਟਰੱਕ ਸਟਾਰਟ ਕਰਕੇ ਅੱਗੇ ਗੱਡੀ ਲਾ ਕੇ ਤੇ ਲੈ ਜਾਂਦੇ ਨੇ। ਇਸ ਸਾਰੀ ਵਾਰਦਾਤ ਇਸ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਮਾਲਕ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਸਵੇਰੇ ਉੱਠ ਕੇ ਆਪਣਾ ਟਰੱਕ ਗਾਇਬ ਦੇਖਦਾ ਹੈ, ਜਿਸ ਤੋਂ ਬਾਅਦ ਉਸਦੇ ਵੱਲੋਂ ਹੀ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ। ਤਾਂ ਫਿਰ ਉਹਨਾਂ ਦੇ ਹੋਸ਼ ਉੜ ਜਾਂਦੇ ਨੇ ਜਦੋਂ ਦੇਖਦੇ ਨੇ ਕਿ ਸਵਿਫਟ ਕਾਰ ਦੇ ਵਿੱਚ ਆਏ ਇਹ ਤਿੰਨ ਚੋਰ ਉਹਨਾਂ ਦਾ ਟਰੱਕ ਚੋਰੀ ਕਰਕੇ ਲੈ ਗਏ। ਮਹਿਜ਼ 6 ਮਿੰਟਾਂ ਦੇ ਵਿੱਚ ਹੀ ਇਹ ਤਿੰਨੋਂ ਚੋਰ ਟਰੱਕ ਉਡਾ ਕੇ ਲੈ ਜਾਂਦੇ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਇਸ ਟਰੱਕ ਦੇ ਮਾਲਕ ਨੇ ਦੱਸਿਆ ਹੈ ਕਿ ਰਾਤ ਵੇਲੇ ਟਰੱਕ ਇੱਥੇ ਲਗਾ ਕੇ ਉਹ ਘਰ ਚਲੇ ਗਏ ਸਨ। ਬਰਸਾਤ ਹੋਣ ਕਾਰਨ ਅਗਲੇ ਦਿਨ ਸਵੇਰੇ ਲੇਟ ਉੱਠੇ ਤਾਂ ਇਸਦੇ ਵਿਚਾਲੇ ਹੀ ਟਰੱਕ ਉੱਥੋਂ ਗਾਇਬ ਹੋ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕੀਤੇ। ਇਹ ਵੀਡੀਓ ਹੁਸ਼ਿਆਰਪੁਰ ਦੇ ਬੱਸ ਸਟੈਂਡ ਨੇੜੇ ਦੀ ਹੈ, ਜਿੱਥੇ ਮੁਹੱਲਾ ਬਿਸ਼ੰਬਰ ਨਗਰ ਤੋਂ ਇਹ ਟਰੱਕ ਚੋਰੀ ਹੋਇਆ ਹੈ, ਜੋ ਕਿ ਟਰੱਕ ਮਾਲਕ ਦੇ ਵੱਲੋਂ ਆਪਣੇ ਹੀ ਗਲੀ ਦੇ ਬਾਹਰ ਲਗਾਇਆ ਗਿਆ ਸੀ। ਉਧਰ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ, ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ, ਜਿਸ ਦੇ ਆਧਾਰ ਤੇ ਪੁਲਿਸ ਇਹਨਾਂ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਯਾਰ ਭਾਜੀ, ਅਸੀਂ ਨਾ ਪਰਸੋਂ ਸ਼ਾਮ ਨੂੰ ਨਾ 3:30-4 ਵਜੇ ਕੰਮ ਕਰਾ ਕੇ ਆਏ, ਵਰਕਸ਼ਾਪ ਤੋਂ ਕੰਮ ਕਰਵਾ ਕੇ ਅਸੀਂ 4 ਵਜੇ ਭਾਜੀ ਗੱਡੀ ਇੱਥੇ ਖੜੀ ਕਰਤੀ। ਠੀਕ ਆ, ਗੱਡੀ ਖੜੀ ਕਰਕੇ ਜਿੱਦਾਂ ਗਲੀ 'ਚ ਆਪਣਾ ਘਰ ਆ, ਮੈਂ ਘਰ ਚਲ ਗਿਆ। ਰਾਤ ਨੂੰ ਆ ਸਾਡੇ ਫਾਦਰ ਸਾਹਿਬ ਵੀ, ਇਹਨਾਂ ਦੀ ਗੱਡੀ ਉੱਥੇ ਖੜੀ ਸੀ, ਇਹਨਾਂ ਨੇ ਰਾਤੀ ਉੱਥੇ ਗੱਡੀ ਲਾਈ, ਇਹਨਾਂ ਨੇ ਤਾਲੇ ਵੀ ਚੈੱਕ ਕੀਤੇ ਆਪਣੀ ਗੱਡੀ ਦਾ ਵੀ, ਮੇਰੀ ਗੱਡੀ 11:15 ਵਜੇ। ਅੱਜ ਕੱਲ੍ਹ ਜਦੋਂ ਫਿਰ ਬਾਰਿਸ਼ ਲੱਗੀ ਸੀ, ਆਪਾਂ ਥੋੜ੍ਹਾ ਲੇਟ ਉੱਠੇ 9 ਵਜੇ, ਇਹਨੇ ਜਾਣਾ ਸੀਗਾ ਬੱਸ ਸਟੈਂਡ, ਮੈਨੂੰ ਕਹਿੰਦਾ ਬੱਸ ਸਟੈਂਡ 'ਤੇ ਮੈਨੂੰ ਡਰੋਪ ਕਰਿਆ। ਮੈਂ ਕਿਹਾ ਚਲੋ ਚੱਲਦੇ ਹਾਂ। ਜਦੋਂ ਆਪਾਂ ਸਕੂਟਰ 'ਤੇ ਗਲੀ 'ਚੋਂ ਨਿਕਲੇ ਹਾਂ ਤਾਂ ਮੈਨੂੰ ਕਹਿੰਦਾ ਗੱਡੀ ਕਿੱਥੇ ਖੜੀ ਕੀਤੀ? ਮੈਂ ਕਿਹਾ ਗੱਡੀ ਤਾਂ ਆ ਖੜੀ ਕੀਤੀ। ਕਹਿੰਦਾ ਗੱਡੀ ਤਾਂ ਉੱਥੇ ਹੈ ਹੀ ਨਹੀਂ। ਫਿਰ ਭਾਅ ਜੀ ਉੱਥੋਂ ਫਟਾਫਟ ਸਕੂਟਰ ਆਪਾਂ ਵਾਪਸ ਕੀਤਾ, ਇੱਥੇ ਆਏ ਤਾਂ ਗੱਡੀ ਭਾਅ ਜੀ ਸੀਗੀ ਨਹੀਂ। ਤਾਂ ਮੁੜ ਕੇ ਫਿਰ ਆਪਾਂ ਫਟਾਫਟ, ਮੈਂ ਕਿਹਾ ਸੀਸੀਟੀਵੀ ਆਲੇ ਦੁਆਲੇ ਲੱਗੇ ਹੁੰਦੇ ਆ, ਸਾਹਮਣੇ ਗਿਆ ਮੈਂ, ਸੀਸੀਟੀਵੀ ਚੈੱਕ ਕੀਤਾ ਤੇ ਰਾਤੀ ਤਕਰੀਬਨ 1:39 ਤੇ ਭਾਜੀ ਇੱਕ ਚਿੱਟੇ ਰੰਗ ਦੀ ਕਾਰ ਇਧਰੋਂ ਸਵਿਫਟ ਬੱਸ ਸਟੈਂਡ ਵੱਲੋਂ ਆਈ ਭਾਜੀ, ਉਹਨੇ ਟਰੱਕ ਦੇ ਮੋਹਰੇ ਖੜੀ ਕੀਤੀ ਸਵਿਫਟ। ਪਹਿਲਾਂ ਉੱਤਰਦੇ ਸਾਰੀ ਇੱਕ ਬੰਦੇ ਦੇ ਹੱਥ 'ਚ ਟੌਰਚ ਸੀਗੀ ਭਾਜੀ, ਉਹਨੇ ਗੱਡੀ ਦੇ ਮੋਹਰੇ ਬੰਪਰ ਤੇ ਚੜ ਕੇ ਟੌਰਚ ਮਾਰੀ ਗੱਡੀ ਦੇ ਵਿੱਚ, ਵੀ ਵਿੱਚ ਕੋਈ ਹੈ ਤਾਂ ਨਹੀਂ, ਵਿੱਚ ਕੋਈ ਸੀਗਾ ਨਹੀਂ ਭਾਜੀ। ਉਹਨੇ ਨਾਲ ਹੀ ਦੂਸਰੇ ਬੰਦੇ ਨੂੰ ਦੱਸਿਆ ਕਿ ਵਿੱਚ ਕੋਈ ਹੈ ਨਹੀਂ, ਤੇ ਨਾਲ ਹੀ ਉਹਨੇ ਫਟਾਫਟ ਆ ਨਾਲ ਹੀ ਇੱਟਾਂ ਪਈਆਂ ਉੱਥੋਂ ਇੱਟ ਚੱਕੀ ਭਾਜੀ, ਖੱਬੇ ਪਾਸੇ ਉਹ ਵਾਲਾ ਛੋਟਾ ਸ਼ੀਸ਼ਾ ਤੋੜਿਆ, ਇੱਟ ਤੋੜ ਕੇ ਲੌਕ ਖੋਲ੍ਹ ਕੇ ਕੰਡਕਟਰ ਸਾਈਡ ਤੋਂ ਗੱਡੀ ਦੇ ਵਿੱਚ ਵੜ ਗਏ ਅਤੇ ਡਰਾਈਵਰ ਸਾਈਡ ਵੱਲੋਂ ਗੱਡੀ 'ਚੋਂ ਥੱਲੇ ਉੱਤਰ ਕੇ ਫਿਰ ਤਾਕੀ ਬੰਦ ਕਰਤੀ, ਵੀ ਫਿਰ 1 ਮਿੰਟ ਘੁੰਮਦਾ ਰਿਹਾ ਵੀ ਕੋਈ ਸਾਨੂੰ ਦੇਖਦਾ ਤਾਂ ਨਹੀਂ ਪਿਆ। ਫਿਰ ਉਹਨਾਂ ਨੇ ਨਾਲ ਹੀ ਭਾਜੀ ਗੱਡੀ ਸਟਾਰਟ ਕੀਤੀ ਔਰ ਪੂਰੇ 1:45 ਤੇ ਭਾਜੀ ਗੱਡੀ ਲੈ ਕੇ ਫਰਾਰ ਹੋ ਗਏ। ਕਿੰਨੀ ਕੁ ਦੇਰ ਦੇ ਵਿੱਚ ਉਹਨਾਂ ਵੱਲੋਂ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ? ਪੂਰੇ 6 ਮਿੰਟ ਲੱਗੇ ਭਾਜੀ, 1:39 ਤੋਂ 1:45 ਦੇ ਵਿੱਚ। ਪਰਸੋਂ ਰਾਤ ਦੀ ਆ ਗੱਲ? ਹਾਂਜੀ, ਪਰਸੋਂ ਰਾਤ। ਕਿੰਨੀ ਤਰੀਕ ਸੀ ਪਰਸੋਂ? ਪਰਸੋਂ ਭਾਜੀ 4 ਤਰੀਕ। 4 ਤਰੀਕ ਸਵੇਰ ਦੀ 1:45 ਤੇ ਕਿੰਨੇ ਕੁ ਵਜੇ ਦੀ ਗੱਲਬਾਤ ਆ ਜੀ ਇਹਨੇ ਤੜਕੇ? 1:39 ਦੀ ਭਾਜੀ, 1:39 ਅੱਧੀ ਰਾਤ ਦੀ ਗੱਲ। ਹਾਂਜੀ, ਅੱਧੀ ਰਾਤ ਦੀ ਭਾਜੀ ਗੱਲ ਆ। ਤੇ ਕਿੰਨੇ ਭਾਜੀ ਸਵਿਫਟ ਗੱਡੀ ਤੁਸੀਂ ਦੱਸ ਰਹੇ ਸੀਗੇ ਤਾਂ ਕਿੰਨੇ ਸੀਗੇ ਸਵਿਫਟ ਵਿੱਚ ਚੋਰ? ਭਾਜੀ 3 ਹੀ ਬੰਦੇ ਲੱਗਦੇ ਜਿੱਥੇ ਤੱਕ, ਤਾਂ ਇੱਕ ਤਾਂ ਉਤਰਿਆ ਹੀ ਨਹੀਂ ਭਾਜੀ ਵਿੱਚੋਂ, ਇੱਕ ਬੰਦਾ ਜਿਹੜਾ ਮੇਨ ਸੀ ਉਹਨੇ ਸਾਰੀ ਕਾਰਵਾਈ ਪਾਈ ਭਾਜੀ। ਉਹ ਜਿੱਦਾਂ ਉਹਨਾਂ ਨੂੰ ਦੱਸਦਾ ਰਿਹਾ ਕਿ ਵਿੱਚ ਕੋਈ ਹੈਗਾ ਜਾਂ ਨਹੀਂ ਹੈਗਾ, ਕਿ ਹੁਣ ਉਸ ਹਿਸਾਬ ਨਾਲ ਉਹਨੇ ਕਾਰ ਮੇਰੇ ਖਿਆਲ ਸਟਾਰਟ ਹੀ ਰੱਖੀ ਹੋਣੀ ਕਾਰ ਵਾਲੇ ਨੇ ਵੀ। ਹੁਣ ਤੁਸੀਂ ਸੀਸੀਟੀਵੀ ਵਗੈਰਾ ਚੈੱਕ ਕੀਤੀਆਂ ਹਾਲੇ ਤੋਲੇ? ਹਾਂਜੀ ਹਾਂਜੀ ਭਾਜੀ, ਚੈੱਕ ਕੀਤੀ। ਕੀ ਆਇਆ ਉਹਨਾਂ ਵਿੱਚ? ਹੁਣ ਕਿੱਥੇ ਚੈੱਕ ਕਰਕੇ ਆਏ? ਅਸੀਂ ਤਾਂ ਭਾਜੀ ਚੈੱਕ ਕਰਕੇ ਆਏ ਆ, ਨਸਰਾਲੇ ਤੱਕ ਚੈੱਕ ਕਰਿਆ ਭਾਜੀ।
ਉਹਦੇ ਵਿੱਚ ਗੱਡੀ ਆਈ ਹੈ ਨਜ਼ਰ ਕਿਤੇ? ਭਾਅ ਜੀ ਬਸ KFC ਤੋਂ ਕ੍ਰੋਸ ਹੋਈ, ਅੱਗੇ ਗੱਡੀ ਨਹੀਂ ਭਾਅ ਜੀ ਕਿਤੇ ਸਾਨੂੰ ਦਿਖੀ। KFC ਤੋਂ ਕਿੱਧਰ ਨੂੰ ਗਈ ਹੈ ਭਾਈ? ਜਲੰਧਰ ਰੋਡ ਵੱਲ ਨੂੰ। ਹਾਂਜੀ ਜਲੰਧਰ ਵੱਲ ਨੂੰ ਭਾਅ ਜੀ ਯਾਰ। ਤੇ ਪੁਲ ਥਾਣਾ ਕਿਹੜਾ ਲੱਗਦਾ? ਮਾਡਲ ਟਾਊਨ ਭਾਅ ਜੀ। ਹਾਂਜੀ ਭਾਅ ਜੀ ਪਰਚਾ ਕਰਾਤਾ ਆਪਾਂ। ਤੇ ਕੀ ਕਹਿ ਰਹੀ ਹੈ ਪੁਲਿਸ? ਪੁਲਿਸ ਭਾਅ ਜੀ ਉਹੀ ਕਾਰਵਾਈ ਕਰ ਰਹੀ ਹੈ ਹੁਣ, ਕਹਿੰਦੇ ਕੋਈ ਬਾਕੀ ਜੋ ਵੀ ਬਣਦਾ ਫਿਰ ਤੁਹਾਨੂੰ ਦੱਸਦੇ ਹਾਂ। ਕਿਸ ਤਰ੍ਹਾਂ ਵੇਖਦੇ ਹੋ ਕਿ ਬਹੁਤ ਸਾਰੀਆਂ ਗੱਡੀਆਂ ਹੁਸ਼ਿਆਰਪੁਰ ਦੇ ਵਿੱਚ, ਟਰੈਕਟਰ ਟਰਾਲੀਆਂ ਬੱਸਾਂ, ਹੁਣ ਇੱਥੋਂ ਤੱਕ ਟਰੱਕ ਵੀ ਚੋਰੀ ਹੋਣ ਲੱਗ ਗਏ? ਉਹੀ ਨਾ ਭਾਅ ਜੀ, ਹੁਣ ਦੱਸੋ ਕੀ ਸੇਫਟੀ ਆ ਇਹਦੇ 'ਚ? ਬੰਦੇ ਨੇ ਹੁਣ, ਇਹ ਤਾਂ ਮੇਨ ਰੋਡ ਆ ਭਾਅ ਜੀ, ਕੋਈ ਪਿੰਡ ਵਾਲਾ ਰੋਡ ਤਾਂ ਹੈ ਨਹੀਂ ਕਿ ਆਪਾਂ ਕਹਿ ਦਿੰਦੇ ਕਿ ਲਿੰਕ ਰੋਡ ਆ। ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਆ ਭਾਅ ਜੀ ਯਾਰ, ਇੱਥੇ ਥੋੜ੍ਹਾ ਜਿਹਾ ਹੁਣ ਕਰਨਾ ਚਾਹੀਦਾ। ਹਰ ਵੇਲੇ ਰੋਡ ਚੱਲਦਾ ਰਹਿੰਦਾ ਜੀ, ਬੱਸ ਸਟੈਂਡ ਬਿਲਕੁਲ ਨਜ਼ਦੀਕ ਆ, ਵੈਸੇ ਵੀ ਮਾਰਕੀਟ ਕਰਦਾ। ਮਾਰਕੀਟ ਭਾਅ ਜੀ ਰੋਡ ਤੁਹਾਡੇ ਸਾਹਮਣੇ ਚੱਲਦਾ ਪਿਆ, ਹੁਣ ਵੀ ਚੱਲਦਾ ਪਿਆ ਰੋਡ। ਕੀ ਮੰਗ ਕਰਦੇ ਹੋ? ਮੰਗ ਤਾਂ ਅਸੀਂ ਇਹੀ ਕਰਦੇ ਭਾਅ ਜੀ, ਸਾਡੀ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਗੱਡੀ ਸਾਨੂੰ ਜਿੱਦਾਂ ਵੀ ਹੈਗਾ ਵਾਪਸ ਦਵਾਈ ਜਾਵੇ, ਇਨਸਾਫ ਦਵਾਇਆ ਜਾਵੇ ਸਰ।